ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਤੇ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਜੀ ਜੀ ਜਿਹੜਾ ਅੱਜ ਇਹ ਸਾਰੀਆਂ ਖਬਰਾਂ ਲੈ ਕੇ ਅੱਜ ਫਿਰ ਮੈਂ ਹਾਜ਼ਰ ਹਾਂ ਤੇ ਖਾਸ ਖਬਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਨਿੱਜੀ ਕਾਰਨ ਦੱਸ ਕੇ ਸੋ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਅਸਤੀਫੇ ਦੇ ਪਿੱਛੇ ਕੀ ਕਾਰਨ ਨੇ ਕਿਉਂਕਿ ਵਿਰੋਧੀ ਧਿਰਾਂ ਵੱਲੋਂ ਵਿਰੋਧ ਵੀ ਜਤਾਇਆ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਪਾਣੀਆਂ ਬਾਰੇ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਕੀ ਲੱਗਦਾ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਜੋ ਪ੍ਰਦੂਸ਼ਣ ਵਿੱਚ ਲਗਾਤਾਰ ਪਾਣੀ ਜੋ ਹੈ ਖਰਾਬ ਹੋ ਰਹੇ ਨੇ ਕ੍ਰਿਜ਼ਮ ਬਚਾਉਣ ਲਈ ਕੁਝ ਉਸਾਰੂ ਕਦਮ ਨਿਕਲ ਸਕਦੇ ਨੇ ਤੇ ਇੱਕ ਹੋਰ ਖਬਰ ਜਿਸ ਦੇ ਉੱਪਰ ਚਰਚਾ ਜ਼ਰੂਰ ਕਰਾਂਗੇ ਕਿ ਸੋਨੀਆ ਗਾਂਧੀ ਤੋਂ ਇੱਕ ਵਾਰ ਫਿਰ ਏਡੀ ਨੇ ਪੁੱਛਗਿੱਛ ਕੀਤੀ ਹੈ ਪ੍ਰੋਟੈਸਟ ਹੋ ਰਿਹਾ ਸੀ ਰਾਹੁਲ ਗਾਂਧੀ ਪ੍ਰੋਟੈਸਟ ਦਾ ਹਿੱਸਾ ਸਨ ਪੁਲਿਸ ਨੇ ਉਹਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਇਸ ਦੇ ਇਲਾਵਾ ਹੋਰ ਵੀ ਕਈ ਖਬਰਾਂ ਰਹਿਣਗੀਆਂ ਜਿਨ੍ਹਾਂ ਉੱਪਰ ਚਰਚਾ ਕਰਨੀ ਹੈ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਕਰਨਾ ਚਾਹਾਂਗੇ ਡੱਲਾ ਜੀ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਜਿਨ੍ਹਾਂ ਨੇ ਕਿ ਨਿੱਜੀ ਕਾਰਨ ਦਾ ਹਵਾਲਾ ਦੇ ਕੇ ਅਸਤੀਫਾ ਦੇ ਦਿੱਤਾ ਆਪਣੇ ਅਹੁਦੇ ਤੋਂ ਹਾਲਾਂਕਿ ਇੱਕ ਹੋਰ ਸੀਨੀਅਰ ਕੀਲ ਨੂੰ ਜੋ ਹੈ ਇਹ ਅਹੁਦਾ ਇਸ ਅਹੁਦੇ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਪਰ ਇਹ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਿਰਫ ਹਲੇ 4 ਮਹੀਨੇ ਹੀ ਹੋਏ ਸੀ ਕਿ ਜੋ ਅਨਮੋਲ ਰਤਨ ਸਿੱਧੂ ਨੂੰ ਨਿਯੁਕਤ ਕੀਤਾ ਗਿਆ ਸੀਗਾ ਐਡਵੋਕੇਟ ਜਨਰਲ ਦੇ ਅਹੁਦੇ ਤੇ ਸੋ ਨਿੱਜੀ ਕਾਰਨ ਦੱਸ ਕੇ ਇਸ ਤਰੀਕੇ ਨਾਲ ਅਸਤੀਫਾ ਦੇ ਦੇਣਾ ਵਿਰੋਧੀ ਵੀ ਜੋ ਹੈ ਸਵਾਲ ਬਹੁਤ ਕਰ ਰਹੇ ਨੇ ਵਿਰੋਧੀ ਧਿਰਾਂ ਨੇ ਵੀ ਸਿਆਸੀ ਹਮਲਾ ਕੀਤਾ ਹੈ ਪੰਜਾਬ ਸਰਕਾਰ ਉੱਪਰ ਕਈ ਸਵਾਲ ਖੜੇ ਹੋ ਰਹੇ ਨੇ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਅਸਤੀਫੇ ਨੂੰ ਕਾਰਨ ਨਿੱਜੀ ਦੱਸਣਾ ਤੇ ਵਿਰੋਧੀ ਧਿਰਾਂ ਦੇ ਸਵਾਲਾਂ ਨੂੰ ਹਰਜੋਜੀ ਬਹੁਤ ਇੰਪੋਰਟੈਂਟ ਤੁਹਾਡਾ ਸਵਾਲ ਹੈ ਬੜਾ ਮਹੱਤਵਪੂਰਨ ਸਵਾਲ ਹੈ ਕਿ ਅਨਮੋਲ ਰਤਨ ਸਿੱਧੂ ਉਹਨਾਂ ਨੇ ਅਚਾਨਕ ਅਸਤੀਫਾ ਕਿਉਂ ਦਿੱਤਾ ਹਾਲਾਂਕਿ ਉਹ ਦੱਸ ਰਹੇ ਸੀ ਕਿ ਮੈਂ ਜਿਹੜਾ ਅਸਤੀਫਾ ਉਹ 19 ਜੁਲਾਈ ਨੂੰ ਹੀ ਦੇ ਦਿੱ ਦਿੱਤਾ ਸੀ ਤੇ 26 ਜੁਲਾਈ ਨੂੰ ਇਹ ਗੱਲ ਹੈ ਜਿਹੜੀ ਬਾਹਰ ਆਈ ਹੈ ਅਸਲ ਦੇ ਵਿੱਚ ਭਗਵੰਤ ਮਾਨ ਸਾਹਿਬ ਨੂੰ ਉਹ ਮਿਲੇ ਇੱਕ ਦੋ ਦਿਨ ਲਗਾਤਾਰ ਤੇ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਕਹਿ ਵੀ ਰਹੇ ਸੀ ਕਿ ਤੁਸੀਂ ਫੇਰ ਵਿਚਾਰ ਕਰ ਲਓ ਹੋਰ ਵੇਖ ਲਓ ਅਗਰ ਤੁਸੀਂ ਕੋਈ ਨਿੱਜੀ ਰੁਝੇਵਾ ਅਗਰ ਨਾਲ ਤੁਸੀਂ ਨੇਪਰੇ ਚਾੜ੍ਹ ਸਕੋਂ ਪਰ ਅਨਮੋਲ ਰਤਨ ਸਿੱਧੂ ਹੁਣਾਂ ਨੇ ਕਿਹਾ ਕਿ ਜਦੋਂ ਮੈਂ ਅਸਤੀਫਾ ਦੇ ਹੀ ਦਿੱਤਾ ਸੀ ਆਪਣੇ ਨਿੱਜੀ ਰੁਚੀਵੀਆਂ ਕਰਕੇ ਤੇ ਫਿਰ ਮੈਂ ਵਾਪਸ ਨਹੀਂ ਸੀ ਲੈ ਸਕਦਾ ਪਰ ਅਨਮੋਲ ਰਤਨ ਸਿੱਧੂ ਹੁਣਾਂ ਨੂੰ ਅਸਤੀਫਾ ਦੇਣਾ ਕਿਉਂ ਪਿਆ ਕੀ ਸੱਚਮੁੱਚ ਇਹਦੇ ਪਿੱਛੇ ਨਿੱਜੀ ਕਾਰਨ ਨੇ ਜਾਂ ਇਹਦੇ ਪਿੱਛੇ ਸਰਕਾਰ ਦੇ ਵਿੱਚ ਕਿਸੇ ਪੱਧਰ ਤੇ ਤਾਲਮੇਲ ਦੀ ਕਮੀ ਹੈ ਦੇਖੋ ਅਨਮੋਲ ਰਤਨ ਸਿੱਧੂ ਹੁਣੇ ਉਹ ਵਕੀਲ ਨੇ ਬੜੇ ਸੀਨੀਅਰ ਵਕੀਲ ਨੇ ਅਸੀਂ ਦੇਖਿਆ ਕਿ ਲਾਰੈਂਸ ਵਿਸ਼ਨੋਈ ਦੇ ਮਾਮਲੇ ਦੇ ਵਿੱਚ ਉਹ ਖੁਦ ਦਿੱਲੀ ਸੁਪਰੀਮ ਕੋਰਟ ਜਾਂਦੇ ਨੇ ਕਈ ਵਾਰੀ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪ ਪੇਸ਼ ਹੋਏ ਔਰ ਜਿਵੇਂ ਅਸੀਂ ਪਿਛਲਾ ਸਮਾਂ ਦੇਖੀਏ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ ਉਸ ਵੇਲੇ ਦੇ ਐਡਵੋਕੇਟ ਜਨਰਲ ਤੇ ਵਿਰੋਧੀਆਂ ਨੇ ਇਲਜ਼ਾਮ ਲਾਏ ਸੀ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਵੀ ਕਈ ਇਲਜ਼ਾਮ ਲਾਏ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਦੋਂ ਐਡਵੋਕੇਟ ਜਨਰਲ ਦਾ ਜਿਹੜਾ ਦਫ਼ਤਰ ਸੀ ਉਹ ਓਨਾ ਜ਼ਿਆਦਾ ਸਰਗਰਮ ਨਹੀਂ ਸੀ ਜਿੰਨਾ ਹੋਣਾ ਚਾਹੀਦਾ ਸੀ ਔਰ ਉਦੋਂ ਬਹੁਤ ਵੱਡੇ ਵੱਡੇ ਮਾਮਲੇ ਸੀ ਡਰੱਗਸ ਦੇ ਮਾਮਲੇ ਸੀ ਬੇਅਦਬੀਆਂ ਦੇ ਮਾਮਲੇ ਸੀ ਬਿਆਬਲ ਕਲਾਂ ਗੋਲੀकांड ਦੇ ਮਾਮਲੇ ਸੀ ਡੇਰੇ ਬਾਬੇ ਵਾਲੇ ਦੇ ਮਾਮਲੇ ਸੀ ਕਈ ਅਜਿਹੇ ਮਾਮਲੇ ਸੀ ਜਿਨ੍ਹਾਂ ਦੇ ਵਿੱਚ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਬਹੁਤ ਸੰਜੀਦਗੀ ਦਿਖਾਉਣੀ ਚਾਹੀਦੀ ਸੀ ਪੋਲਿਟੀਕਲ ਇਲਜ਼ਾਮ ਲੱਗਦੇ ਰਹੇ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਇਲਜ਼ਾਮ ਦਿੱਤੇ ਸੁਖਪਾਲ ਖਹਿਰਾ ਉਦੋਂ ਸੱਤਾ ਦਾ ਹਿੱਸਾ ਸੀ ਲੇਕਿਨ ਉਦੋਂ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਵੱਲੋਂ ਲਗਾਤਾਰ ਇਹ ਕਿਹਾ ਗਿਆ ਕਿ ਪੰਜਾਬ ਦਾ ਐਡਵੋਕੇਟ ਜਨਰਲ ਦਾ ਦਫ਼ਤਰ ਉਹਨਾਂ ਸਰਗਰਮ ਨਹੀਂ ਹੈ ਕੁੰਵਰ ਵਿਜੇ ਪ੍ਰਤਾਪ ਦੀ ਵੀ ਨਾਰਾਜ਼ਗੀ ਸਾਹਮਣੇ ਆਈ ਸੀ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਚ ਖੁਦ ਬੜੇ ਸੀਨੀਅਰ ਵਕੀਲ ਨੇ ਕੈਪਟਨ ਦੇ ਰਾਜ ਚ ਸੀਗੇ ਪਰ ਦਿੱਲੀ ਤੋਂ ਵੱਡੇ-ਵੱਡੇ ਜਿਹੜੇ ਵਕੀਲ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਫੀਸ ਅਦਾ ਕਰਕੇ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਸੀ ਪਰ ਜਦੋਂ ਦੇ ਅਨਮੋਲ ਰਤਨ ਸਿੱਧੂ ਆਏ ਸੀ ਇਹ ਖੁਦ ਐਕਟਿਵ ਸੀ ਇਹਨਾਂ ਦੇ ਸਾਥੀ ਵਕੀਲ ਬੜੇ ਐਕਟਿਵ ਸੀ ਔਰ ਪੰਜਾਬ ਚ ਕਿਸੇ ਵਿਅਕਤੀ ਨੂੰ ਇਹ ਨਹੀਂ ਲੱਗਿਆ ਕਿ ਅਨਮੋਲ ਰਤਨ ਸਿੱਧੂ ਮਿਹਨਤ ਨਹੀਂ ਕਰ ਰਹੇ ਸੋ ਦੱਬ ਕੇ ਮਿਹਨਤ ਅਨਮੋਲ ਰਤਨ ਸਿੱਧੂ ਹੋਣਾ ਨੇ ਕੀਤੀ ਐ ਫਿਰ ਅਜਿਹਾ ਕਿਹੜੇ ਜ਼ਰੂਰੀ ਕੰਮ ਸੀ ਕਿ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਕਈ ਵਾਰੀ ਜਿਹੜੇ ਸਿਆਣੇ ਲੋਕ ਨੇ ਉਹ ਸਰਕਾਰ ਚ ਤਾਲਮੇਲ ਦੀ ਕਮੀ ਨੂੰ ਸਰਕਾਰ ਦੀ ਕਿਤੇ ਨਾ ਕਿਤੇ ਨਾਰਾਜ਼ਗੀ ਨੂੰ ਲੁਕੋ ਜਾਂਦੇ ਨੇ ਗੱਲ ਆਪਣੇ ਤੇ ਲੈ ਜਾਂਦੇ ਨੇ ਮੈਨੂੰ ਲੱਗਦਾ ਹੈ ਮੋਲ ਰਤਨ ਸਿੱਧੂ ਹੋਣਾ ਨੇ ਵੀ ਕਿਤੇ ਨਾ ਕਿਤੇ ਸਰਕਾਰ ਚ ਤਾਲਮੇਲ ਦੀ ਕਮੀ ਨੂੰ ਲੁਕੋ ਲਿਆ ਹੁਣ ਕੀ ਸਰਕਾਰ ਚ ਆਪਸੀ ਤਾਲਮੇਲ ਦੀ ਕਮੀ ਹੈ ਜਾਂ ਅਨਮੋਲ ਰਤਨ ਸਿੱਧੂ ਹੁਨਾਂ ਨੂੰ ਇੱਕ ਕੰਮ ਕਰਨ ਦੀ ਆਜ਼ਾਦੀ ਦੇ ਵਿੱਚ ਕਿਤੇ ਕਮੀ ਸੀ ਕੋਈ ਇਹ ਵੀ ਸਵਾਲ ਹੋ ਸਕਦੇ ਨੇ ਹਾਲਾਂਕਿ ਡੈਮੋਕ੍ਰੇਸੀ 'ਚ ਸਾਰੇ ਸਵਾਲਾਂ ਦਾ ਵਿਚਾਰਿਆ ਜਾਣਾ ਬੜਾ ਜ਼ਰੂਰੀ ਹੈ ਅਨਮੋਲ ਰਤਨ ਸਿੱਧੂ ਮੈਨੂੰ ਇਹ ਲੱਗਦਾ ਹੈ ਕਿ ਇੱਕ ਵੱਡਾ ਐਸਟ ਸੀ ਸਾਡੇ ਲਈ ਅੱਜ ਵੀ ਐਸਟ ਨੇ ਚਲੋ ਮੈਨੂੰ ਚੰਗਾ ਲੱਗਿਆ ਕਿ ਦਿੱਲੀ 'ਚ ਭਗਵੰਤ ਮਾਨ ਹੁਨਾਂ ਨੇ ਕਿਹਾ ਕਿ ਮੈਂ ਅਨਮੋਲ ਰਤਨ ਸਿੱਧੂ ਹੁਨਾਂ ਨੂੰ ਕਿਹਾ ਸੀ ਕਿ ਤੁਸੀਂ ਅਸਤੀਫਾ ਨਾ ਦਿਓ ਅਗਰ ਸਰ ਸਕਦਾ ਹੈ ਤੇ ਸਰੋ ਪਰ ਭਗਵੰਤ ਮਾਨ ਕਹਿੰਦੇ ਕਿ ਅਨਮੋਲ ਰਤਨ ਸਿੱਧੂ ਹੁਣੇ ਸਾਡੀ ਟੀਮ ਦੇ ਮੈਂਬਰ ਨੇ ਹੁਣ ਵੀ ਸਰਕਾਰ ਉਹਨਾਂ ਦੀਆਂ ਕਾਨੂੰਨੀ ਸਲਾਹਾਂ ਲਾਊਗੀ ਕਿਉਂਕਿ 4 ਮਹੀਨੇ ਦੇ ਵਿੱਚ ਜਿਹੜਾ ਕੰਮ ਅਨਮੋਲ ਰਤਨ ਸਿੱਧੂ ਉਹਨਾਂ ਨੇ ਕੀਤਾ ਉਹ ਜ਼ਰੂਰ ਉਹਦੇ ਨਾਲ ਇੱਕ ਸਰਕਾਰ ਦੀ ਜਿਹੜੀ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਸ਼ੁਰੂਆਤ ਚੰਗੀ ਹੋਈ ਸੀ ਕਾਨੂੰਨੀ ਮਾਮਲਿਆਂ ਦੇ ਵਿੱਚ ਪਰ ਹੁਣ ਜੀ ਅਨਮੋਲ ਰਤਨ ਸਿੱਧੂ ਉਹਨਾਂ ਦਾ ਅਸਤੀਫਾ ਹੋ ਗਿਆ ਉਹਨਾਂ ਦੀ ਥਾਂ ਦੇ ਉੱਤੇ ਹੁਣ ਵਿਨੋਦ ਕਈ ਉਹਨਾਂ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਬਣਾਇਆ ਗਿਆ ਹੈ ભગવંતમાન ਉਹਨਾਂ ਨੇ ਆਪ ਦੱਸਿਆ ਵਿਨੋਦ ਕਈ ਇੱਕ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਨੇ 1999 ਤੋਂ ਹੀ ਉਹ ਵਕੀਲ ਦੇ পেশੇ 'ਚ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਬੜੇ ਸਰਗਰਮ ਨੇ ਕ੍ਰਿਮੀਨਲ ਲਾਇਰ ਨੇ ਕ੍ਰਿਮੀਨਲ ਕੇਸਸ ਦੇ ਵਿੱਚ ਡੀਲ ਕਰਦੇ ਨੇ ਔਰ ਬਹੁਤ ਵੱਡੇ ਵੱਡੇ ਕੇਸਸ ਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਨੇ ਜੜੀਆਂ ਜਸਟਿਸ ਦੇਣ ਦੇ ਲਈ ਉਹ ਦਿੱਤੀਆਂ ਨੇ ਜਸਟਿਸ ਦੇਣ ਲਈ ਜਸਟਿਸ ਹਾਸਲ ਕਰਨ ਲਈ ਸੋ ਹੁਣ ਵਿਨੋਦ ਕਈ ਨੇ ਜਿਹੜੇ ਇਹ ਨਵੇਂ ਐਡਵੋਕੇਟ ਜਨਰਲ ਪੰਜਾਬ ਦੇ ਬਣ ਗਏ ਨੇ ਪਰ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਵਿਨੋਦ ਕਈ ਜੀ ਬੀਅਦਬੀ ਦੇ ਮਾਮਲੇ ਕਿਉਂਕਿ ਕੁਝ ਦਿਨ ਪਹਿਲਾਂ ਹਰਜੋਤ ਬੈਂਚ ਔਰ ਜਿਹੜੇ ਸਾਡੇ ਸਪੀਕਰ ਨੇ ਪੰਜਾਬ ਦੀ ਵਿਧਾਨ ਸਭਾ ਦੀ ਉਹ ਮਿਲ ਕੇ ਵੀ ਆਏ ਨੇ ਜਿਹੜੀਆਂ ਜਿਹੜੇ ਸਿੱਖ ਸੰਗਠਨ ਨੇ ਜਿਹੜੇ ਬਾਬਲ ਕਲਾਂ ਦੇ ਵਿੱਚ ਅਨਮਿੱਥੇ ਸਮੇਂ ਦਾ ਧਰਨਾ ਚੱਲ ਰਿਹਾ ਹੈ ਸੁਖਰਾਜ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਮਿਲ ਕੇ ਵੀ ਆਏ ਨੇ ਔਰ ਉਦੋਂ ਉੱਥੇ ਗੱਲਬਾਤ ਅੱਗੇ ਨਹੀਂ ਵਧੀ ਸਿੱਖ ਜਥੇਬੰਦੀਆਂ ਨੇ ਸਮਾਂ ਨਹੀਂ ਦਿੱਤਾ ਇਕਤਾ ਦੁਬਾਰਾ ਹੁਣ ਵਿਨੋਦ ਕਈ ਉਹਨਾਂ ਦੇ ਲਈ ਇਹ ਵੀ ਚੁਣੌਤੀ ਹੋਏਗੀ ਕਿ ਬਾਈਬਲ ਕਲਾ ਗੋਲੀकांड ਦਾ ਮਾਮਲਾ ਤੇ ਹੋਰ ਜਿਹੜੇ ਬਰਗਾੜੀ ਦੇ ਮਸਲੇ ਨੇ ਇਹਨਾਂ ਮਸਲਿਆਂ ਨੂੰ ਉਹ ਕਿਵੇਂ ਨਿਪਰੇ ਚਾੜਨਗੇ ਇਹਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਇਨਕੁਆਇਰੀ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ ਔਰ ਮੁਕੰਮਲ ਇਨਸਾਫ ਕਿਵੇਂ ਮਿਲੇਗਾ ਆਮ ਆਦਮੀ ਪਾਰਟੀ ਤੋਂ ਬਹੁਤ ਸਾਰੇ ਲੋਕਾਂ ਨੂੰ ਆਸਾਂ ਸੀ ਕਿ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਬਰਗਾੜੀ ਦਾ ਮਾਮਲਾ ਬਾਬਲ ਕਲਾਂ ਦੇ ਮਾਮਲੇ ਇਹਨਾਂ ਦੇ ਵਿੱਚ ਸਾਨੂੰ ਤੁਰੰਤ ਇਨਸਾਫ ਮਿਲੇਗਾ ਲੇਕਿਨ ਹਜੇ ਵੀ ਇਨਸਾਫ ਨਹੀਂ ਮਿਲਿਆ ਔਰ ਇਹ ਚੁਣੌਤੀ ਰਹੇਗੀ ਆਉਣ ਵਾਲੇ ਜਿਹੜੇ ਸਾਡੇ ਨਵੇਂ ਐਡਵੋਕੇਟ ਜਨਰਲ ਨੇ ਉਹਨਾਂ ਲਈ ਵੀ ਕਿ ਉਹ ਸਿੱਖ ਜਥੇਬੰਦੀਆਂ ਦੇ ਨਾਲ ਕਿਵੇਂ ਤਾਲਮੇਲ ਬਣਾ ਕੇ ਉਹਨਾਂ ਨੂੰ ਕਨਵਿੰਸ ਕਰਦੇ ਨੇ ਕਿ ਅਸੀਂ ਜਲਦ ਤੋਂ ਜਲਦ ਇਨਸਾਫ ਦਵਾਂਗੇ ਕਿਉਂਕਿ ਜਥੇਬੰਦੀਆਂ ਨੇ 31 ਜੁਲਾਈ ਨੂੰ ਬੈਠਕ ਬੁਲਾ ਲਈ ਔਰ ਜੱਥੇਬੰਦੀਆਂ ਦੀ ਬੈਠਕ ਤੋਂ ਬਾਅਦ ਕੀ ਨਵਾਂ ਫੈਸਲਾ ਹੁੰਦਾ ਹੈ ਉਹਦਾ ਦਬਾਅ ਵੀ ਆਮ ਆदमी ਪਾਰਟੀ ਦੀ ਸਰਕਾਰ ਤੇ ਰਹੇਗਾ ਹੁਣ ਅਨਮੋਲ ਰਤਨ ਸਿੱਧੂ ਹੋਣਾ ਨੇ ਉਹਨਾਂ ਦੀਆਂ ਟੀਮਾਂ ਕਈ ਵਾਰੀ ਜੱਥੇਬੰਦੀਆਂ ਨੂੰ ਮਿਲ ਕੇ ਵੀ ਆਉਂਦੀਆਂ ਰਹੀਆਂ ਨੇ ਉਧਰ ਵਿਰੋਧੀਆਂ ਦੇ ਹਮਲੇ ਇਸੇ ਤਰ੍ਹਾਂ ਬਰਕਰਾਰ ਹੈ ਇੱਕ ਵਾਰੀ ਗੱਲ ਵੀ ਸੁਣ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਦਿਲਜੀਤ ਸਿੰਘ ਚੀਮਾ ਉਹ ਕਿਸ ਤਰ੍ਹਾਂ ਦੀ ਟਿੱਪਣੀ ਇਸ ਪੂਰੇ ਮਾਮਲੇ ਤੇ ਦੇ ਰਹੇ ਨੇ ਇਹ ਬਹੁਤ ਹੀ ਥੋੜੇ ਸਮੇਂ ਵਿੱਚ ਪਹਿਲੇ ਇੱਕ ਚੇਕਪਸਟ ਕੇ ਸਾਹਮਣੇ ਚਲੇਗੇ डीजीपी साहब चले गए अब सरकार के एडवोकेट जनरल सरदार अनमोल रतन सिंह सिद्धू साहब वो इससे बिल्कुल स्पष्ट है कि जिस गैर संवैधानिक तरीके से गैर कानूनी तरीके से दिल्ली से सरकार को चलाने की कोशिश हो रही है उससे स्टेट के जो सीनियर मोस्ट अफसर हैं उनको घुटन महसूस हो रहा ये उस चीज का प्रगटावा है कि किस तरीके से हुक्म दिल्ली से आते हैं और नीचे जब इम्प्लीमेंट करने को बोला जाता है तो अफसरों को दिक्कत होती है तो तीन महीने में अगर स्थिति यहां तक पहुंच गई है तो हाल क्या है किस तरीके से सरकार चलाई जा रही है ये सबके साथ तो उसी का ही ये नतीजा ਜੀ ਡੱਲਾ ਜੀ ਅਗਲੀ ਖਬਰ ਵੱਲ ਰੁਕ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਦਿੱਲੀ ਗਏ ਸਨ ਅਤੇ ਉੱਥੇ ਕੇਂਦਰ ਦੇ ਪਾਣੀਆਂ ਬਾਰੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਹਨਾਂ ਨੇ ਮੁਲਾਕਾਤ ਵੀ ਕੀਤੀ ਐ ਸੋ ਪਾਣੀਆਂ ਨੂੰ ਲੈ ਕੇ ਚਰਚਾ ਹੋਈ ਐ ਤੇ ਅਸੀਂ ਸਾਰੇ ਜਿਵੇਂ ਕਿ ਜਾਣਦੇ ਹਾਂ ਕਿ ਭਾਵੇਂ ਅਸੀਂ ਸਤਲੁਜ ਦੀ ਗੱਲ ਕਰ ਲਈ ਐ ਹੋਰ ਦਰਿਆਵਾਂ ਦੀ ਗੱਲ ਕਰ ਲਈਏ ਧਰਤੀ ਹੇਟਲੇ ਪਾਣੀ ਦੀ ਗੱਲ ਕਰ ਲਈਏ ਬਹੁਤੀ ਪ੍ਰਦੂਸ਼ਿਤ ਹੋ ਚੁੱਕਿਆ ਹੈ ਪਾਣੀ ਸੋ ਕੀ ਲੱਗਦਾ ਕਿ ਪਾਣੀਆਂ ਨੂੰ ਸਬੰਧ ਦੇ ਲਈ ਇਸ ਮੁਲਾਕਾਤ ਤੋਂ ਬਾਅਦ ਕੁਝ ਉਸਾਰੂ ਕਦਮ ਨਿਕਲਦੇ ਦਿਖਣਗੇ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਮੁਲਾਕਾਤ ਨੂੰ ਹਰਜੋਤ ਜੀ ਕੱਲ ਦਿੱਲੀ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਸਭ ਤੋਂ ਪਹਿਲਾਂ ਉਹ ਪਾਰਲੀਮੈਂਟ ਗਏ ਕਿਉਂਕਿ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਕੁਝ ਕੰਮ ਬਕਾਇਆ ਸੀ ਸੋ ਕੁਝ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸੀ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਔਰ ਕਿਉਂਕਿ 8 ਸਾਲ ਮੈਂਬਰ ਪਾਰਲੀਮੈਂਟ ਰਹੇ ਨੇ ਉਸ ਤੋਂ ਬਾਅਦ ਉਹ ਗਜਿੰਦਰ ਸਿੰਘ ਸ਼ਖਾਵਤ ਉਹਨਾਂ ਨੂੰ ਮਿਲੇ ਭਗਵੰਤ ਮਾਨ ਹੋਣਾ ਨੇ ਸਾਫ਼ ਤੌਰ ਤੇ ਕਿਹਾ ਕਿ ਗੁਜਿੰਦਰ ਸਿੰਘ ਸ਼ਖਾਵਤ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਕਿ ਸਾਡਾ ਸਤਲੁਜ ਜਿਹੜਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਖਾਸ ਤੌਰ ਤੇ ਸੰਤੀ ਕੇਂਦਰ ਲੁਧਿਆਣਾ ਦੇ ਵਿੱਚੋਂ ਜਦੋਂ ਸਤਲੁਜ ਲੰਘਦਾ ਉਹਦੇ ਵਿੱਚ ਉਦਯੋਗ ਦਾ ਪਾਣੀ ਪੈਂਦਾ ਹੈ ਕੈਮੀਕਲ ਯੁਕਤ ਪਾਣੀ ਪੈਂਦਾ ਹੈ ਸੀਵਰੇਜ ਦਾ ਪਾਣੀ ਵੀ ਕਿਤੇ ਕਿਤੇ ਗੈਰ ਕਾਨੂੰਨੀ ਤਰੀਕੇ ਨਾਲ ਪੈਂਦਾ ਉਹਦੇ ਕਰਕੇ ਜਿਹੜਾ ਸਾਡਾ ਮਾਲਵਾ ਬੈਲਟ ਹੈ ਸਾਡੀ ਸਾਡੀ ਜਿਹੜੀ ਸਵੀਟ ਜ਼ੋਨ ਹੈ ਜਦੋਂ ਪਾਣੀ ਲੁਧਿਆਣੇ ਚੋਂ ਬਾਹਰ ਨਿਕਲਦਾ ਉਸ ਤੋਂ ਬਾਅਦ ਉਹ ਮੋਗਾ ਫਰੀਦਕੋਟ ਔਰ ਸਾਨੂੰ ਪਤਾ ਹੈ ਕਿ ਉਹ ਜਿੱਥੇ-ਜਿੱਥੇ ਵੀ ਜਾਂਦਾ ਸਾਡੇ ਮਾਲਵੇ ਵਾਲੇ ਪਾਸੇ ਉਹ ਪ੍ਰਦੂਸ਼ਣ ਫੈਲਾਉਂਦਾ ਜਾਂਦਾ ਕਿਉਂਕਿ ਉਸ ਪਾਣੀ ਚ ਕੈਮੀਕਲ ਬਹੁਤ ਨੇ ਔਰ ਪਿੱਛੇ ਜੇ ਸਾਡੇ ਮਾਲਵੇ ਦੇ ਵਿੱਚ ਆਰਸੈਨਿਕ ਵੀ ਪਾਇਆ ਗਿਆ ਸਾਡੇ ਅੰਡਰਗਰਾਉਂਡ ਵਾਟਰ ਦੇ ਵਿੱਚ ਔਰ ਜਿਹੜਾ ਇਹ ਸਤਲੁਜ ਦਾ ਪਾਣੀ ਹੈ ਇਹ ਕਈ ਥਾਂ ਪੀਣ ਲਈ ਵੀ ਕੰਮ ਆਉਂਦਾ ਹੈ ਹਾਲਾਂਕਿ ਕਈ ਜਗ੍ਹਾ ਫਿਲਟਰ ਵੀ ਲੱਗੇ ਨੇ ਪਰ ਫਿਰ ਵੀ ਇਹਦੇ ਵਿੱਚ ਜਿਹੜੇ ਕੈਮੀਕਲਸ ਨੇ ਉਹ ਫਿਲਟਰ ਨਹੀਂ ਹੁੰਦੇ ਅਗਰ ਕੋਈ ਕੈਮੀਕਲ ਪੈ ਗਿਆ ਤੇ ਉਹਦਾ ਫਿਲਟਰ ਹੋਣਾ ਬਹੁਤ ਔਖਾ ਹੈ ਤੇ ਲੋਕ ਕਈ ਥਾਂ ਤੇ ਇਸ ਪਾਣੀ ਨੂੰ ਪੀਂਦੇ ਨੇ ਜਿਹਦੇ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਾਂਦੀਆਂ ਨੇ ਔਰ ਜਿਹੜੇ ਲੋਕ ਸਤਲੁਜ ਦੀ ਮਾਰ ਹੀਠਾਂ ਨੇ ਨੇੜੇ-ਤੇੜੇ ਰਹਿੰਦੇ ਨੇ ਉਹਨਾਂ ਦੇ ਨਲਕਿਆਂ ਦੇ ਵਿੱਚੋਂ ਵੀ ਜਦੋਂ ਪਾਣੀ ਆਉਂਦਾ ਹੈ ਤੇ ਸਤਲੁਜ ਦੇ ਪਾਣੀ ਦਾ ਅਸਰ ਰਹਿੰਦਾ ਹੈ ਇਹ ਬੜਾ ਪ੍ਰਦੂਸ਼ਿਤ ਪਾਣੀ ਹੈ ਇਹਦਾ ਰੰਗ ਵੀ ਬੜਾ ਖਰਾਬ ਹੋ ਜਾਂਦਾ ਹੈ ਔਰ ਇਸ ਤੋਂ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋਈਆਂ ਨੇ ਇੱਕ ਵਾਰੀ ਜੈ ਰਾਮ ਰਮੇਸ਼ ਆਏ ਸੀ ਉਹ ਕੁਝ ਖਾਸ ਤਰ੍ਹਾਂ ਦੀਆਂ ਮੱਛੀਆਂ ਛੱਡ ਕੇ ਗਈ ਸੀ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਔਰ ਮਨੀਸ਼ तिवारी ਪੰਜਾਬ ਦੇ ਵਿੱਚ ਮੈਂਬਰ ਪਾਰਲੀਮੈਂਟ ਸੀ ਮਾਫ ਕਰਨਾ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਇਹ ਦਾਵਾ ਕੀਤਾ ਗਿਆ ਸੀ ਕਿ ਜਿਹੜੀਆਂ ਮੱਛੀਆਂ ਛੱਡ ਕੇ ਗਈਆਂ ਛੱਡ ਕੇ ਗਏ ਨੇ ਜੈ ਰਾਮ ਰਮੇਸ਼ ਜੀ ਉਹ ਉਹਨਾਂ ਨੂੰ ਉਹਦੇ ਨਾਲ ਸਾਫ਼ ਹੋਏਗਾ ਪਾਣੀ ਲੇਕਿਨ ਅਜੇ ਹੁਣ ਕੁਝ ਨਹੀਂ ਹੋਇਆ ਪਾਣੀ ਦਾ ਪੱਧਰ ਵੀ ਜਿਹੜਾ ਹੈਗਾ ਉਸੇ ਤਰ੍ਹਾਂ ਖਤਰਨਾਕ ਖਾਦ ਤੇ ਹੈ ਰਸਾਇਣਾਂ ਦੇ ਮਾਮਲੇ ਦੇ ਵਿੱਚ ਔਰ ਹੁਣ ਪਿੱਛੇ ਜਿਹੜੇ ਪੰਜਾਬ ਦੇ ਨਵੇਂ ਮੰਤਰੀ ਨੇ ਉਹਨਾਂ ਨੇ ਵੀ ਇਹ ਦਾਵਾ ਕੀਤਾ ਸੀ ਜਿਹੜੇ ਲੋਕਲ ਬਾਡੀਜ਼ ਮੰਤਰੀ ਨੇ ਕਿ ਅਸੀਂ ਇਹਦੇ ਸਾਫ ਸਫਾਈ ਤੇ ਧਿਆਨ ਦੇਵਾਂਗੇ ਤੇ ਅਸੀਂ 6 ਮਹੀਨੇ ਦੇ ਵਿੱਚ ਲੁਧਿਆਣੇ ਦੇ ਬੁੱਢੇ ਨਾਲੇ ਨੂੰ ਨਾਉਣ ਜੋਗਾ ਕਰ ਦਾਂਗੇ ਕਿਉਂਕਿ ਜਿਹੜਾ ਸਤਲੁਜ ਦਰਿਆ ਹੈ ਸਤਲੁਜ ਦਰਿਆ ਦੀ ਕਈ ਸਹਾਇਕ ਨਦੀਆਂ ਸੀ ਜਿਹੜਾ ਇਹ ਬੁੱਢਾ ਦਰਿਆ ਹੈ ਲੁਧਿਆਣਾ ਦਾ ਅਸਲ ਦੇ ਵਿੱਚ ਇਹ ਵੀ ਸਤਲੁਜ ਦੇ ਵਿੱਚੋਂ ਨਿਕਲੀ ਹੋਈ ਇੱਕ ਛੋਟੀ ਨਦੀ ਸੀ ਜਿਹੜੀ ਹੁਣ ਗੰਦਾ ਨਾਲਾ ਬਣ ਗਈ ਹੈ ਸੋ ਜਿਹੜੇ ਗੁਜਿੰਦਰ ਸਿੰਘ ਸ਼ਖਾਵਤ ਨੇ ਉਹਨਾਂ ਦੇ ਨਾਲ ਮੁੱਖ ਮੰਤਰੀ ਦੀ ਟੀਮ ਸੀ ਪੰਜਾਬ ਦੇ ਮੁਖ ਸਖਤਰ ਨਾਲ ਸੀ ਕਈ ਅਫਸਰ ਨਾਲ ਸੀ ਪੂਰਾ ਬਿਉਰਾ ਪੇਸ਼ ਕੀਤਾ ਗਿਆ ਸਿਰਫ ਸਤਲੁਜ ਨਹੀਂ ਸਾਡਾ ਬਿਆਸ ਹੈ ਉਹਦਾ ਪ੍ਰਦੂਸ਼ਨ ਹੈ ਜਲੰਧਰ ਬਿਆਸ ਨੂੰ ਪ੍ਰਦੂਸ਼ਿਤ ਕਰ ਰਿਹਾ ਸੋ ਇਸ ਕਰਕੇ ਇਕੱਲਾ ਸਤਲੁਜ ਨਹੀਂ ਪੰਜਾਬ ਦੇ ਲਗਭਗ ਸਾਰੇ ਜਿਹੜੇ ਸਾਡੇ ਦੋ ਵੱਡੇ ਦਰਿਆ ਨੇ ਸਤਲੁਜ ਤੇ ਬਿਆਸ ਕਿਉਂਕਿ ਰਾਵੀ ਤਾਂ ਪਹਾੜਾਂ ਚੋਂ ਨਿਕਲ ਕੇ ਫਿਰ ਜਿਹੜਾ ਪਾਣੀ ਹੈ ਉਹ ਫਿਰ ਪਾਕਿਸਤਾਨ ਵਾਲੇ ਪਾਸੇ ਵੀ ਪਾਣੀ ਚਲਾ ਜਾਂਦਾ ਰਾਵੀ ਦਾ ਸੋ ਇਸ ਕਰਕੇ ਪ੍ਰਦੂਸ਼ਣ ਜਿਆਦਾ ਜਿਹੜਾ ਇਹ ਸਤਲੁਜ ਦੇ ਵਿੱਚ ਔਰ ਬਿਆਸ ਦੇ ਵਿੱਚ ਹੈ ਔਰ ਗਜਿੰਦਰ ਸਿੰਘ ਸ਼ਖਾਵਤ ਨੂੰ ਬਹੁਤ ਗਹਿਰਾਈ ਦੇ ਨਾਲ ਅੰਕੜਿਆਂ ਦੇ ਨਾਲ ਇਹ ਗੱਲਾਂ ਸਮਝਾਈਆਂ ਗਈਆਂ ਨੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਹਰ ਸੰਭਵ ਮਦਦ ਕਰੂਗੀ ਔਰ ਪੰਜਾਬ ਸਰਕਾਰ ਨੂੰ ਵੀ ਖੁਦ ਵਿੱਤੀ ਤੌਰ ਤੇ ਕੇਂਦਰ ਦੇ ਨਾਲ ਅਗਰ ਕੋਈ ਵੀ ਯੋਜਨਾ ਬਣਦੀ ਹੈ ਪੰਜਾਬ ਦੇ ਪਾਣੀਆਂ ਨੂੰ ਸੰਭਾਲਣ ਦੀ ਉਹਦੇ ਉੱਤੇ ਹੂੰ ਵਿੱਤੀ ਤੌਰ ਤੇ ਪੰਜਾਬ ਨੂੰ ਵੀ ਯੋਗਦਾਨ ਪਾਉਣਾ ਪੈਣਾ ਹੈ ਔਰ ਇੱਕ ਗੱਲ ਹੋਰ ਹੈ ਕਿਉਂਕਿ ਪੰਜਾਬ ਲਗਾਤਾਰ ਮੰਗ ਕਰ ਰਿਹਾ ਹੈ ਸਤਲੁਜ ਜਮਨਾ ਲਿੰਕ ਨਹਿਰ ਦੇ ਮਸਲੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਦੋਵੇਂ ਸੂਬੇ ਬਹਿ ਕੇ ਗੱਲ ਕਰਨ ਸੋ ਅਜਿਹੇ ਚ ਜ਼ਰੂਰਤ ਹੈ ਹਰਜੋ ਜੀ ਕਿ ਭਗਵੰਤ ਮਾਨ ਗੱਲ ਤੋਰਨ ਕੇਂਦਰ ਅੱਗੇ ਕਿ ਤੁਸੀਂ ਨਵੇਂ ਸਿਰੇ ਤੋਂ ਪੰਜਾਬ ਦੇ ਜਿਹੜੇ ਪਾਣੀ ਨੇ ਉਹਨਾਂ ਦਾ ਪੱਧਰ ਵੀ ਨਾਪੋ ਉਹਨਾਂ ਦੀ ਅਵੇਲੇਬਿਲਟੀ ਉਹਨਾਂ ਦੀ ਸਟਰੈਂਥ ਪੰਜਾਬ ਦੇ ਕੋਲੇ ਪਾਣੀ ਕਿੰਨੇ ਨੇ ਇਹ ਵੀ ਤੁਸੀਂ ਨਵੇਂ ਸਿਰੇ ਤੋਂ ਨਾਪੋ ਕੋਈ ਭਾਵੇਂ ਜਲ ਕਮਿਸ਼ਨ ਬਣਾਓ ਭਾਵੇਂ ਕੋਈ ওয়াটার অথরিটি ਨੂੰ ਤੁਸੀਂ অথরাইਜ਼ ਕਰੋ ਇਹ ਪਤਾ ਕੀਤਾ ਜਾਣਾ ਚਾਹੀਦਾ ਕਿ ਅੱਜ ਪੰਜਾਬ ਕੋਲੇ ਕਿੰਨਾ ਪਾਣੀ ਹੈ ਤਾਂ ਕਿ ਜਿਹੜੇ ਸੂਬੇ ਰਾਜਸਥਾਨ ਤੇ ਹਰਿਆਣਾ ਵਰਗੇ ਕਹਿ ਰਹੇ ਨੇ ਕਿ ਪਾਣੀ ਤੇ ਸਾਡਾ ਹੱਕ ਹੈ ਉਹਨਾਂ ਨੂੰ ਵੀ ਪੰਜਾਬ ਦੀ ਅਸਲ ਸਥਿਤੀ ਦਾ ਪਤਾ ਲੱਗੇ ਪੰਜਾਬ ਕੋਲੇ ਪਾਣੀ ਨਹੀਂ ਹੈ ਪੰਜਾਬ ਪਾਣੀਆਂ ਦੇ ਮਾਮਲੇ 'ਚ ਬਹੁਤ ਚਿੰਤਾਜਨਕ ਹਾਲਤ ਦੇ ਵਿੱਚ ਜੀ ਬਿਲਕੁਲ ਸਹੀ ਕਹਿ ਤੁਸੀਂ ਡੱਲਾ ਜੀ ਤੇ ਅੱਗੇ ਰੁਕ ਕਰੀਏ ਤਾਂ ਜੋ ਸੋਨੀਆ ਗਾਂਧੀ ਨੇ ਇੱਕ ਵਾਰ ਫਿਰ ਤੋਂ ਜੋ ਹੈ ਈਡੀ ਦੀ ਪੁੱਛਗਿਛ ਹੋਈ ਹੈ ਸੋਨੀਆ ਗਾਂਧੀ ਤੋਂ ਇਸ ਦੇ ਨਾਲ ਹੀ ਕਾਂਗਰਸੀ ਵਰਕਰਾਂ ਵੱਲੋਂ ਕਾਂਗਰਸ ਲੀਡਰਾਂ ਵੱਲੋਂ ਜੋ ਹੈ ਪ੍ਰੋਟੈਸਟ ਵੀ ਹੋ ਰਿਹਾ ਸੀ ਰਾਹੁਲ ਗਾਂਧੀ ਉਸ ਪ੍ਰੋਟੈਸਟ ਦਾ ਹਿੱਸਾ ਸਨ ਸੋ ਪੁਲਿਸ ਨੇ ਉਹਨਾਂ ਨੂੰ ਵੀ ਹਿਰਾਸਤ ਵਿੱਚ ਜ਼ਰੂਰ ਲਿਆ ਇਹ ਸਭ ਤੋਂ ਬਾਅਦ ਜੋ ਹੈ ਕਾਂਗਰਸ ਦੇ ਕਈ ਲੀਡਰ ਜੋ ਹੈ ਬਹੁਤ ਨਰਾਜ਼ ਵੀ ਨੇ ਬਹੁਤ ਬੁਰਾ ਵੀ ਮਨਾ ਰਹੇ ਨੇ ਇਹ ਸਭ ਨੂੰ ਲੈ ਕੇ ਤੇ ਕਾਂਗਰਸੀ ਲੀਡਰਾਂ ਦਾ ਸਟੇਟੋਰ ਤੇ ਕਹਿਣਾ ਹੈ ਕਿ ਇਹ ਸਿੱਧਾ ਸਿੱਧਾ ਜੋ ਹੈ ਡੈਮੋਕ੍ਰੇਸੀ ਦਾ ਕਹਾਣ ਹੈ ਤੁਸੀਂ ਕੀ ਕਹੋਗੇ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਇਆ ਦੇਖੋ ਉਧਰ ED ਵੱਲੋਂ ਲਗਾਤਾਰ ਹੁ ਸੋਨੀਆ ਗਾਂਧੀ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਨੈਸ਼ਨਲ ਹੈਰਾਲਡ ਇੱਕ ਅਖਬਾਰ ਸੀ ਉਹਦੇ ਨਾਲ ਜੁੜੀ ਕੰਪਨੀ ਦੇ ਮਾਮਲੇ ਦੇ ਵਿੱਚ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਤੋਂ ਵੀ ਬਹੁਤ ਲੰਮਾ ਸਮਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛਗਿੱਛ ਕੀਤੀ ਕਈ ਵਾਰੀ ਰਾਹੁਲ ਗਾਂਧੀ ਨੂੰ ਵੀ ਬੁਲਾਇਆ ਗਿਆ ਜਦੋਂ ਰਾਹੁਲ ਗਾਂਧੀ ਨੂੰ ਵੀ ED ਤੇ ਬੁਲਾਇਆ ਜਾਂਦਾ ਸੀ ਤਾਂ ਦੇਸ਼ ਭਰ ਦੇ ਵਿੱਚ ਕਾਂਗਰਸ ਦੇ ਲੀਡਰ ਪ੍ਰੋਟੈਸਟ ਕਰਦੇ ਸੀ ਕਾਂਗਰਸ ਕਿਤੇ ਸੰਗਠਨ ਦਿਖਦੀ ਸੀ ਹੁਣ ਸੋਨੀਆ ਗਾਂਧੀ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਬੁਲਾਇਆ ਪਹਿਲਾਂ ਗਿਆ ਸੀ ਲੇਕਿਨ ਉਹਨਾਂ ਨੇ ਕਿਹਾ ਸੀ ਕਿ ਮੈਂ ਉਸ ਵੇਲੇ ਨਹੀਂ ਆ ਸਕਦੀ ਕਿਉਂਕਿ ਉਹਨਾਂ ਨੂੰ ਕੋਵਿਡ ਰਿਹਾ ਸੀ ਫਿਰ ਹੁਣ ਦੁਬਾਰਾ ਉਹਨਾਂ ਨੂੰ ਸੱਦਿਆ ਗਿਆ ਫਿਰ 23 ਜੁਲਾਈ ਨੂੰ ਉਹਨਾਂ ਨੂੰ ਸੱਦਿਆ ਗਿਆ ਸੋ ਹੁਣ ਕੱਲ ਫਿਰ ਬੀਬੀ ਸੋਨੀਆ ਗਾਂਧੀ ਨੂੰ ਸੱਦਿਆ ਗਿਆ ਸੀ ਹੁਣ ਜਦੋਂ ਜਦੋਂ ਈਡੀ ਸੋਨੀਆ ਗਾਂਧੀ ਨੂੰ ਬੁਲਾਉਂਦੀ ਹੈ ਤੇ ਕਾਂਗਰਸ ਦੇ ਜਿਹੜੇ ਲੀਡਰ ਨੇ ਮੈਂਬਰ ਪਾਰਲੀਮੈਂਟ ਨੇ ਉਹ ਵੱਡਾ ਪ੍ਰੋਟੈਸਟ ਕਰਦੇ ਨੇ ਕੱਲ ਕਾਂਗਰਸ ਦੇ ਲੀਡਰਾਂ ਨੇ ਫੈਸਲਾ ਕੀਤਾ ਕਿ ਅਸੀਂ ਸੰਸਦ ਤੋਂ ਸਾਡੀ ਪਾਰਲੀਮੈਂਟ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਾਂਗੇ। ਉਹਦੇ 'ਚ ਕਈ ਸੰਸਦ ਬਾਹਰ ਨਿਕਲੇ ਆਏ, ਰਾਹੁਲ ਗਾਂਧੀ ਆਗੇ ਸੜਕਾਂ ਤੇ ਸੰਸਦ ਭਵਨ ਤੋਂ ਰਾਸ਼ਟਰਪਤੀ ਭਵਨ ਜਾਣ ਦੇ ਲਈ। ਜਦੋਂ ਫਿਰ ਪੁਲਿਸ ਨੇ ਰਾਹੁਲ ਗਾਂਧੀ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ, ਕਈ ਕਾਂਗਰਸ ਦੇ ਹੋਰ ਲੀਡਰ ਸੀ ਉਹਨਾਂ ਨੂੰ ਵੀ ਹਿਰਾਸਤ ਚ ਲੈ ਲਿਆ। ਉਸ ਵੇਲੇ ਰਾਹੁਲ ਗਾਂਧੀ ਇਹ ਕਹਿ ਰਹੇ ਸੀ ਕਿ ਜਿਹੜਾ ਭਾਰਤ ਹੈ ਉਹ ਇੱਕ ਪੁਲਿਸ ਦਾ ਦੇਸ਼ ਹੈ ਤੇ ਨਰਿੰਦਰ ਮੋਦੀ ਰਾਜਾ ਇਸ ਤਰੀਕੇ ਦੇ ਇਲਜ਼ਾਮ ਨੇ ਜਿਹੜੇ ਉਹ ਰਾਹੁਲ ਗਾਂਧੀ ਹੁਨਾ ਵੱਲੋਂ ਲਾਏ ਗਏ ਔਰ ਕਾਂਗਰਸ ਵੱਲੋਂ ਇਹ ਵੀ ਇਲਜ਼ਾਮ ਲਾਇਆ ਗਿਆ ਕਿ ਡੈਮੋਕ੍ਰੈਟਿਕ ਰਾਈਟ ਹੈ ਪ੍ਰੋਟੈਸਟ ਕਰਨ ਦਾ ਤੇ ਭਾਜਪਾ ਸਾਨੂੰ ਪ੍ਰੋਟੈਸਟ ਨਹੀਂ ਕਰਨ ਦੇ ਰਹੀ ਇਹ ਤਾਂ ਗੱਲ ਹੈਗੀ ਦਿੱਲੀ ਦੀ ਚੰਡੀਗੜ੍ਹ ਦੇ ਵਿੱਚ ਵੀ ਕਾਂਗਰਸ ਦੇ ਲੀਡਰ ਚੰਡੀਗੜ੍ਹ ਔਰ ਪੰਜਾਬ ਦੇ ਵਿੱਚ ਵੀ ਕਾਂਗਰਸ ਦੇ ਲੀਡਰ ਸਤਿਆਗ੍ਰਹਿ ਤੇ ਬੈਠੇ ਇੱਕ ਵਾਰੀ ਕਾਂਗਰਸ ਦੇ ਸਾਰੇ ਲੀਡਰਾਂ ਦੀ ਗੱਲ ਵੀ ਸੁਣ ਲਈਏ ਹਰਜੋਤ ਜੀ ਕਿ ਕਾਂਗਰਸ ਦੇ ਲੀਡਰਾਂ ਦਾ ਦੁੱਖ ਕੀ ਹੈ ਈਡੀਏ 2002 ਸੇ ਇਹ ਜੋ ਸ਼ੁਰੂ ਕੀ ਗਈ ਸੀ ਇਸ ਕੋ ਅਧਿਕਾਰ دیے ਗਏ ਸੇ ਉਸ ਸਮੇਂ ਅਟਲ ਬਿਹਾਰੀ ਵਾਜਪੇ ਜੇ ਕਾ ਸ਼ਾਸਨਤਾ और 12 साल में 2014 तक जब मोदी शासन में आए केवल मात्र 112 केस ईडी के आए थे और अब इन्होंने इस 8 साल में लगभग साढ़े पाँच हजार केस ईडी के लगभग दर्ज हो चुके हैं और उनमें कन्विक्शन रेट एक परसेंट भी नहीं है तो उससे सीधा ये जाहिर है कि ईडी को हथियार बना करके विरोधी दलों के खिलाफ उनसे जुड़े हुए संस्थानों के खिलाफ उनके जुड़े हुए बिजनेसमैनों के खिलाफ उनके उनके इस्तेमाल के रूप में इस ईडी का का इस्तेमाल किया जा रहा है। का इस्तेमाल किया किया जा जा रहा है। तो ये जो दरा करके, जिस तरह से रहा है, है, सीबीआई तो जी डला जी अगली खबर जिस गे कि गवर्नर ने उन्होंने भी देश के नवे बने राष्ट्रपति द्रौपदी मुलाकात की मुलाकात चाहोगे इस मुलाकात बारे ਪੰਜਾਬ ਦੇ ਗਵਰਨਰ ਨੇ ਜਿਹੜੇ ਹਰਜੋਤ ਜੀ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਨੇ ਮੁਲਾਕਾਤ ਕੀਤੀ ਹੈ ਦਰੋਪਦੀ ਮੁਰਮੂ ਜੀ ਦੇ ਨਾਲ ਜਿਨ੍ਹਾਂ ਨੇ ਕੱਲ ਹੀ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਅਹੁਦਾ ਸੰਭਾਲਿਆ ਹੈ ਸੋ ਸਾਡੇ ਦੇਸ਼ ਦੇ ਵਿੱਚ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇੱਕ ਆਦੀਵਾਸੀ ਭਾਈਚਾਰੇ ਤੋਂ ਸੰਬੰਧਿਤ ਇੱਕ ਮਹਿਲਾ ਸਾਡੇ ਮੁਲਕ ਦੇ ਵਿੱਚ ਹੁਣ ਰਾਸ਼ਟਰਪਤੀ ਬਣੇ ਨੇ ਇਸ ਤੋਂ ਪਹਿਲਾਂ ਪ੍ਰਤਿਭਾ ਦੇਵੀ ਪਾਟਲ ਜੀ ਵੀ ਰਾਸ਼ਟਰਪਤੀ ਸਾਡੇ ਮੁਲਕ ਦੇ ਵਿੱਚ ਰਹੇ ਨੇ ਇਹ ਦੂਸਰੀ ਮਹਿਲਾ ਰਾਸ਼ਟਰਪਤੀ ਨੇ ਸੋ ਬਨਵਾਰੀ ਲਾਲ ਪ੍ਰੋਹਿਤ ਜੀ ਨੇ ਇੱਕ ਪ੍ਰੋਟੋਕਾਲ ਹੈ ਰਾਸ਼ਟਰਪਤੀ ਉਹਨਾਂ ਨੂੰ ਉਹ ਮਿਲੇ ਔਰ ਉਹਨਾਂ ਨੂੰ ਉਹਨਾਂ ਨੇ ਵਧਾਈਆਂ ਦਿੱਤੀਆਂ ਔਰ ਸ਼ੁਭ ਕਾਮਨਾਵਾਂ ਉਹਨਾਂ ਨੂੰ ਪੇਸ਼ ਕੀਤੀਆਂ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਨਾਂ ਖਾਸ ਖਬਰਾਂ ਦੇ ਉੱਪਰ ਜੋ ਹੈ ਪੂਰੀ ਖਬਰਾਂ ਦੀ ਪੜਤਾਲ ਕਰਕੇ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਸੁਝਾਅ ਸਾਨੂੰ ਕਮੈਂਟ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਜੀ ਔਰ ਮੈਂ ਇਹ ਜ਼ਰੂਰ ਚਾਹੂੰਗਾ ਹਰਜੋਜੀ ਕਿ ਖਤਮ ਕਰਨ ਤੋਂ ਪਹਿਲਾਂ ਕੁਝ ਖਾਸ ਪੋਲਿਟਿਕਲ ਬਿਆਨ ਨੇ ਜਿਹੜੇ ਕੱਲ ਦੇ ਇੱਕ ਵਾਰੀ ਉਹ ਵੀ ਤੁਸੀਂ ਜ਼ਰੂਰ ਸੁਣਾ ਦਿਓ ਬਹੁਤ ਧੰਨਵਾਦ ਡਿਟੇਲ ਦੇ ਵਿੱਚ ਮੀਟਿੰਗ ਹੋਈ ਹੈ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਪਲੂਟਡ ਹੋ ਗਿਆ ਪ੍ਰਦੂਸ਼ਿਤ ਹੋ ਗਿਆ ਗੰਦਲਾ ਹੋ ਗਿਆ ਕਿਵੇਂ ਉਸ ਪਾਣੀ ਨੂੰ ਬਚਾਇਆ ਜਾਵੇ ਭਾਵੇਂ ਉਹ ਸਤਲੁਜ ਹੈ ਭਾਵੇਂ ਉਹ ਅੱਪਰ ਦੋਆਬ ਦਾ ਪਾਣੀ ਹੈ ਭਾਵੇਂ ਰਾਵੀ ਹੈ ਜਿੰਕ ਸਾਡੇ ਪੰਜਾਬ ਦੇ ਵਿੱਚ ਹੈ ਭਾਵੇਂ ਉਹ ਵਿਆਸ ਹੈ ਤੇ ਬੁੱਡਾ ਨਾਲ ਬਹੁਤ ਵਿਸਤਾਰ ਸਹਿਤ ਗੱਲ ਹੋਈ ਬੁੱਡਾ ਨਾਲਾ ਜਿਹੜਾ ਪ੍ਰੋਜੈਕਟ ਹੈ ਉਹਨੂੰ ਸਾਫ਼ ਕਰਨ ਦਾ ਉਹਦੇ ਲਈ 650 ਕਰੋੜ ਰੁਪਇਆ ਸਾਡੀ ਸਰਕਾਰ ਨੇ ਰੱਖਿਆ ਹੈ ਮੰਤਰੀ ਸਾਹਿਬ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਵੀ ਆਪਣਾ ਹਿੱਸਾ ਪਾਵਾਂਗੇ ਤੁਹਾਨੂੰ ਮੈਂ ਯਕੀਨ ਦਿਲਾਣਾ ਹੈ ਤੇ ਸਰਕਾਰ ਨੇ ਜਿਹੜੀ ਰਿਸਪੌਂਸਿਬਿਲਟੀ ਦਿੱਤੀ ਉਹ ਪੂਰੀ ਤਰ੍ਹਾਂ ਨਿਭਾਵਾਂਗਾ ਔਰ ਮੈਨੂੰ ਪਤਾ ਹੈ ਜੋ ਅੱਜ ਤੱਕ ਪਾਲਿਸਿਜ਼ ਹੋਈਆਂ ਜਿਹੜਾ ਡਿਸੀਜਨ ਹੋਇਆ ਦੇ ਆਰ ਅਪ ਟੂ ਮਾਰਕ ਐਂਡ ਤੁਹਾਨੂੰ ਮੈਂ ਦੱਸਿਆ ਪਾਰਟੀ ਦੀ ਏਡਾਲੋਜੀ ਜਿਹੜੀ ਕਰਪਸ਼ਨ ਫਰੀ ਔਰ ਮੈਨੂੰ ਮੈਰਿਟ ਤੇ ਬੁਲਾਣਾ ਤੁਸੀਂ ਪੁੱਛ ਸਕਦੇ ਹੋ ਕਿਸੇ ਨੂੰ ਹਾਈ ਕੋਰਟ ਚ ਕਿ ਮੈਨੂੰ ਸਿਰਫ ਉਹਨਾਂ ਨੇ ਮੈਰਿਟ ਤੇ ਇਹ ਜਿਹੜਾ ਜਨਰਲ ਬਣਾਇਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਦੋਨਾਂ ਦਾ ਕੇਜਰੀਵਾਲ ਜੀ ਦਾ ਤੇ ਭਗਵੰਤ ਜਮਾਨ ਜੀ ਨੇ ਜਿਹੜਾ ਮੇਰੇ ਤੇ ਰਿਪੋਸ ਕੀਤਾ ਕੌਨਫੀਡੈਂਸ ਉੱਤੇ ਪੂਰਾ ਉਤਰ ਜਿਹੜੇ ਮੁਹੱਲਾ ਕਲੀਨਿਕ ਜਿਹੜੇ ਔਰ ਉਥੇ 41 ਤਰ੍ਹਾਂ ਦੇ ਟੈਸਟ ਅ ਔਰ ਇਹਦੇ ਨਾਲ ਹੀ ਜਿਹੜੀ ਮੈਡੀਸਿਨ ਆ ਉਹ ਸਾਰੀ ਜਿਹੜੀ ਫ੍ਰੀ ਦਿੱਤੀ ਜਾਊਗੀ ਔਰ ਚਾਰ ਲੋਕਾਂ ਦਾ ਸਟਾਫ ਲੋਕਾਂ ਦਾ ਸਟਾਫ ਹੈ ਜਿਹੜਾ ਉਹ ਉਸ ਆਮ ਆਦਮੀ ਕਲੀਨਿਕ ਦੇ ਵਿੱਚ ਰਹੂਗਾ ਐਮਬੀਬੀਐਸ ਡਾਕਟਰ ਰਹੂਗਾ ਬਾਕੀ ਸਵੀਪਰ ਦੋ ਹੋਰ ਜਿਹੜੇ ਨਾਲ ਉਹਨਾਂ ਦੇ ਸਹਾਇਕ ਰਹਿਣਗੇ ਡਾਕਟਰ ਸਾਹਿਬ ਦੇ ਸੋ ਅ ਕੋ ਕੰਤ ਮੰਗੀ ਔਰ ਸਾਡੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜੀ ਦਾ ਸੁਪਨਾ ਹੈ ਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਇਲਾਜ ਕਰਾਉਣ ਬਾਅਦ ਤੇ ਉਹਨਾਂ ਨੂੰ ਦੂਰ ਦੂਰ ਜਾਣਾ ਪੈਂਦਾ ਸੋ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਦੇ ਨੇੜੇ ਤੇੜੇ ਜਿਹੜਾ ਇਲਾਜ ਹੈ ਅਸੀਂ ਉਹ ਲੋਕਾਂ ਨੂੰ ਉਪਲਬਧ ਕਰਾ ਸਕੀਏ